अगस्त नूं सुतंत्रता दिवस मौके सुरक्षा प्रबंधा के मद्देनजर थाना जडियाला गुरु शहर के डीएसपी सुखविंदरपाल सिंह की अगवाई हेठ अते एसएचओ हरचंद सिंह की रहनुमाई हेठ फलैंग मार्च कढ़िया गया। इस मौके प्रेस नाल गलबात करदिआं डीएसपी सुखविंदरपाल सिंह ने कहा 15 अगस्त ते आजादी दिहाड़े संबंध विच शरारती अंसरां ते तिक्खी नज़र रखण लई पुलिस पूरी तरह नाल चौकस है ਅਤੇ ਕਿਸੇ ਵੀ ਸਮਾਜ ਵਿਰੋਧੀ ਅੰਸਰਾਂ ਨੂੰ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਫਲੈਂਗ ਮਾਰਚ ਵੱਖ-ਵੱਖ ਬਜ਼ਾਰਾਂ ਵਿੱਚ ਕੱਢਿਆ ਗਿਆ। ਇਸ ਮੌਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਹਾਜ਼ਰ ਸਨ। ਜਡਿਆਲਾ ਗੁਰੂ ਤੋਂ ਪਿੰਕੂ ਆਨੰਦ ਦੀ ਰਿਪੋਰਟ। ਉਹਦੇ ਨਾਲ ਨਾਲ ਹੁਣ ਤਿਆਰਾਂ ਦਾ ਸੀਜ਼ਨ ਵੀ ਆ ਰਿਹਾ ਤੇ ਆਪਾਂ ਆਮ ਲੋਕਾਂ ਦੇ ਵਿੱਚ ਕੰਫੀਡੈਂਸ ਬਿਲਡ ਅਪ ਕਰਨ ਵਾਸਤੇ ਭਰੋਸਾ ਪੈਦਾ ਕਰਨ ਵਾਸਤੇ ਫਲੈਂਗ ਮਾਰਚ ਕਰ ਰਹੇ ਹਾਂ। ਨਾਲ ਹੀ ਇਹ ਸੰਦੇਸ਼ ਦੇਣਾ ਚਾਹ ਰਹੇ ਹਾਂ ਵੀ ਜਿਹੜੇ ਗੁੰਡਾ ਅਨਸਰ ਨੇ ਜਾਂ ਗੈਰ ਸਮਾਜਿਕ ਤੱਤਵ ਨੇ ਉਹ ਆਪਣੀ ਕਿਸੇ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਹਰਕਤ ਕਰਨ ਦੀ ਜੇ ਕੋਈ ਹੈਗੀ ਹੈ ਖੁਆਇਸ਼ ਤਾਂ ਉਸ ਤੋਂ ਬਾਜ਼ ਆ ਜਾਣ ਅਤੇ ਅਸੀਂ ਇੱਥੇ ਹੈਗੇ ਹਾਂ ਜੰਡਿਆਲੇ ਦੇ ਸਿਕਿਉਰਿਟੀ ਵਾਸਤੇ ਸੇਵਾ ਵਾਸਤੇ ਅਤੇ ਅਸੀਂ ਆਪਣੀ ਜਿਹੜੀ ਇਹ ਡਿਊਟੀ ਹੈ ਆਪਣੇ ਤਨਦੇਹ ਨਾਲ ਨਿਭਾ ਕੇ ਆਪਣੇ ਸ਼ਹਿਰ ਨੂੰ ਸੁਰੱਖਿਅਤ ਰੱਖਣਾ। 15 ਅਗਸਤ ਦੇ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਗਏ? 15 ਅਗਸਤ ਦੇ ਵਿੱਚ ਹੁਣ ਕੋਵਿਡ ਕਰਕੇ ਕਰੋਨਾ ਕਰਕੇ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਨੇ ਨਹੀਂ ਕੀਤੇ ਜਾ ਰਹੇ ਅਤੇ ਬਹੁਤ ਹਲਕੇ ਲੈਵਲ ਦੇ ਉੱਤੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਔਰ ਮੈਂ ਹਦਾਇਤ ਵੀ ਔਰ ਮੈਂ ਅਪੀਲ ਕਰਦਾ ਸ਼ਹਿਰ ਵਾਸੀਆਂ ਅੱਗੇ ਕਿ ਕਰੋਨਾ ਦੇ ਮੱਦੇਨਜ਼ਰ ਰੱਖਦਿਆਂ ਹੋਇਆਂ ਆਪਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਸੋਸ਼ਲ ਡਿਸਟੈਂਸਿੰਗ ਮਾਸਕ ਇਹ ਵਗੈਰਾ ਲਾ ਕੇ ਰੱਖੀਏ ਓਪਨ ਪਲੇਸ 'ਤੇ ਨਾ ਕਿ ਕਿਸੇ ਨੂੰ ਵੀ ਕੁਛ ਵੀ ਜਿਹੜਾ ਵੀ ਪ੍ਰੋਬਲਮ ਕੋਈ ਸਿਮਟਮ ਡਿਵੈਲਪ ਹੁੰਦੇ ਆ ਤੁਰੰਤ ਆਪਣੇ ਆਪ ਨੂੰ ਟੈਸਟ ਵਾਸਤੇ ਪੇਸ਼ ਕਰੋ ਤਾਂ ਕਿ ਅਸੀਂ ਕਮਿਊਨਿਟੀ ਸਪਰੈਡ ਤੋਂ ਬਚ ਸਕੀਏ। ਸਰ ਇਹ ਜਿਹੜਾ PCR ਦਾ ਹੁਣ ਸਿਸਟਮ ਸ਼ੁਰੂ ਹੋਇਆ ਵਾ ਕੀ ਇਸੇ ਤਰ੍ਹਾਂ ਚੱਲਦਾ ਰਹੇਗਾ ਯਕੀਨੀ ਰਹੇਗਾ ਜੀ ਇੱਦਾਂ ਹੀ? ਹਾਂਜੀ ਇਹ ਚੱਲਦਾ ਰਹੇਗਾ ਜੀ। ਇਹਦੇ ਨਾਲ ਕਾਫੀ ਹੱਦ ਤੱਕ ਅਸੀਂ ਮਤਲਬ ਕਿ ਚੋਰੀਆਂ ਨੂੰ ਕੰਟਰੋਲ ਕਰ ਸਕਦੇ ਹਾਂ ਜਾਂ ਕਿਤੇ ਵੀ ਕਿਉਂਕਿ ਇਹ ਸਾਡੀ ਇਮੀਡੀਏਟ ਰਿਪੋਰਟਿੰਗ ਹੋ ਜਾਏਗੀ ਉੱਥੇ ਜਿੱਥੇ ਵੀ ਕੋਈ ਇਹੋ ਜਿਹੀ ਗੱਲਬਾਤ ਹੋਏਗੀ ਸ਼ੋਰਟੈਸਟ ਪੋਸੀਬਲ ਟਾਈਮ ਦੇ ਵਿੱਚ ਆਪਾਂ ਉੱਥੇ ਰਿਪੋਰਟ ਕਰ ਸਕਦੇ। ਦੂਸਰਾ ਇੱਕ ਬਾਜ਼ਾਰਾਂ ਦੇ ਆਮ ਦੇਖਣ ਤੁਹਾਨੂੰ ਮਿਲਦਾ ਪਿਆ ਜੀ ਭੀੜ ਭੜੱਕਾ ਬਹੁਤ ਜ਼ਿਆਦਾ ਵਾ, ਲੋਕ ਬਿਨਾਂ ਮਾਸਕ ਤੋਂ ਘੁੰਮਦੇ ਆ, ਚਲਾਨ ਵੀ ਕਾਫੀ ਕੀਤੇ ਆ ਪਰ ਮੇਨ ਰੋਡ ਤੇ ਹੁੰਦੇ ਸਰ ਬਾਜ਼ਾਰਾਂ 'ਚ ਕੋਈ ਨਹੀਂ ਹੈਗੀ ਪੈਟਰੋਲਿੰਗ। ਇਹਦੇ ਵਿੱਚ ਇੱਦਾਂ ਕਿ ਦੇਖੋ ਚਲਾਨ ਇਹਦੇ ਲਗਾਤਾਰ ਹੋ ਰਹੇ ਆ ਜੀ, ਰੋਜ਼ਾਨਾ ਇਹੀ ਚਲਾਨ ਹੋ ਰਹੇ ਨੇ ਜੀ। ਸਾਡਾ ਸਾਨੂੰ ਆਪਣਾ ਵੇ ਆਫ ਥਿੰਕਿੰਗ, ਸਾਨੂੰ ਆਪਣੀ ਸੋਚ, ਆਪਣਾ ਐਟੀਟਿਊਡ ਥੋੜ੍ਹਾ ਜਿਹਾ ਬਦਲਣਾ ਪਏਗਾ ਜੀ। ਹਾਲਾਤਾਂ ਦੇ ਅਨੁਸਾਰ ਜ਼ਿੰਦਗੀ ਜੀਵਨ ਦੀ ਜਾਂਚ ਥੋੜ੍ਹੀ ਜਿਹੀ ਆਉਣੀ ਚਾਹੀਦੀ ਹੈ ਸਾਨੂੰ ਵੀ। ਹੁਣ ਇਸ ਵੇਲੇ ਹਾਲਾਤ ਇਹੋ ਜਿਹੇ ਨੇ, ਕਦੀ ਉਹ ਟਾਈਮ ਸੀਗਾ ਜਦੋਂ ਚਲਾਨ ਜਦੋਂ ਮੂੰਹ ਬੰਨਣ ਦੇ ਚਲਾਨ ਹੁੰਦੇ ਸੀਗੇ, ਸਮੇਂ ਦੇ ਮੁਤਾਬਕ ਸਭ ਕੁਝ ਬਦਲ ਜਾਂਦਾ। ਹੁਣ ਮੂੰਹ ਨਾ ਬੰਨਣ ਦੇ ਚਲਾਨ ਹੁੰਦੇ, ਇਸ ਕਰਕੇ ਸਮੇਂ ਦੇ ਮੁਤਾਬਕ ਚੱਲੀਏ। ਹੁਣ ਮੂੰਹ ਬੰਨ ਕੇ ਆਪਣੇ ਆਪ ਨੂੰ ਵੀ ਸੇਫ ਰੱਖੀਏ ਅਤੇ ਉਹ ਦੂਜਿਆਂ ਨੂੰ ਵੀ ਸੇਫ। ਸਰ ਚਲਾਨਾਂ ਦੇ ਨਾਲ ਤੁਸੀਂ ਇਹ ਜ਼ਰੂਰੀ ਸਮੇਂ 'ਤੇ ਤੁਹਾਡੇ ਅਵੇਅਰਨੈਸ ਪ੍ਰੋਗਰਾਮ ਹੋਣੇ ਚਾਹੀਦੇ ਛੋਟੇ ਛੋਟੇ ਤਾਂ ਜੋ ਲੋਕਾਂ ਨੂੰ ਦੇਖ ਸਕਣ। ਪ੍ਰੋਗਰਾਮ ਵੀ ਹੈਗੇ ਔਰ ਅਸੀਂ ਇਹ ਵੀ ਪਲਾਨ ਕਰ ਰਹੇ ਹਾਂ ਵੀ ਜਿਹੜਾ ਕੋਈ ਜਿਹਦੇ ਕੋਲ ਮਾਸਕ ਨਹੀਂ ਹੈਗਾ ਆਪਾਂ ਉਹਨੂੰ ਮਾਸਕ ਵੀ ਪ੍ਰੋਵਾਈਡ ਕਰ ਦਿਓ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।